ਸਤਿ ਸ਼੍ਰੀ ਅਕਾਲ ਜੀ। ਨਿਊਜ਼ ਲਾਈਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਕੱਲ੍ਹ ਦੇ ਟਾਈਮ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਸ਼ਾਇਦ ਹੀ ਕੋਈ ਅਜਿਹਾ ਫੋਨ ਹੋਵੇ ਜਿਸ ਵਿੱਚ ਵਟਸਐਪ ਨਾ ਹੋਵੇ, ਪਰ ਇਹ ਸਭ ਵਿੱਚ ਜੀਓ ਦਾ ਬਹੁਤ ਵੱਡਾ ਯੋਗਦਾਨ ਹੈ। ਜਿੱਥੇ ਇਸ ਦੇ ਕਈ ਫਾਇਦੇ ਵੀ ਹੋਏ ਹਨ, ਉੱਥੇ ਇਸ ਦੇ ਬਹੁਤ ਵੱਡੇ ਨੁਕਸਾਨ ਵੀ ਹਨ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਵਟਸਐਪ ਉੱਪਰ ਕਈ ਤਰ੍ਹਾਂ ਦੇ ਗਰੁੱਪ ਬਣੇ ਹੋਏ ਹਨ। ਇਹਨਾਂ ਗਰੁੱਪਾਂ ਵਿੱਚ ਕਰੋੜਾਂ ਦੀ ਤਾਦਾਦ ਵਿੱਚ ਮੈਸੇਜ ਰੋਜ਼ਾਨਾ ਸ਼ੇਅਰ ਕੀਤੇ ਜਾਂਦੇ ਹਨ, ਪਰ ਇਹਨਾਂ ਸਭ ਮੈਸੇਜ ਵਿੱਚੋਂ 90% ਮੈਸੇਜ ਤਾਂ ਫੇਕ ਹੁੰਦੇ ਹਨ। ਥੋੜ੍ਹੇ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਮਿਸਟਰ ਬੀਮ ਦੀ ਮੌਤ ਦੀ ਖਬਰ ਫੈਲਾਈ ਗਈ ਸੀ, ਜੋ ਕਿ ਜਾਂਚ ਤੋਂ ਬਾਅਦ ਝੂਠੀ ਪਾਈ ਗਈ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਇੰਡੀਆ ਵਿੱਚ ਵਟਸਐਪ ਉੱਪਰ ਪੂਰੀ ਦੁਨੀਆ ਦੇ ਸਭ ਤੋਂ ਵੱਧ ਮੈਸੇਜਸ ਨੂੰ ਫਾਰਵਰਡ ਕੀਤਾ ਜਾਂਦਾ ਹੈ। ਪਿਛਲੇ ਦਿਨੀ ਕੁਝ ਸਮੇਂ ਤੋਂ ਸਰਕਾਰ ਇਹਨਾਂ ਨੂੰ ਰੋਕਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਪਰ ਹੁਣ ਤੁਹਾਨੂੰ ਸੁਣਨ ਵਿੱਚ ਆਇਆ ਹੋਵੇਗਾ ਕਿ ਇਸ ਦੇ ਸੰਬੰਧ ਵਿੱਚ ਵਟਸਐਪ ਦੇ ਭਾਰਤ ਦੇ ਕਾਨੂੰਨ ਲਈ ਕਈ ਵੱਡੇ ਬਦਲਾਅ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਵਟਸਐਪ ਉੱਪਰ ਹੁਣ 3 ਨੀਲੇ ਰੰਗ ਦੇ ਰਾਈਟ ਸਾਈਨਸ ਦਿਖਾਈ ਦੇਣਗੇ, ਜਿਨ੍ਹਾਂ ਦੀ ਗਿਣਤੀ ਪਹਿਲਾਂ 2 ਸੀ। 2 ਨੀਲੇ ਸਾਈਨਸ ਦਾ ਰਾਈਟ ਮਤਲਬ ਹੁੰਦਾ ਸੀ ਜਿਸ ਨੂੰ ਤੁਸੀਂ ਮੈਸੇਜ ਭੇਜਿਆ ਹੈ ਉਸਨੇ ਤੁਹਾਡਾ ਮੈਸੇਜ ਪੜ੍ਹ ਲਿਆ ਹੈ, ਤੇ ਕਿਹਾ ਜਾ ਰਿਹਾ ਹੈ ਕਿ 3 ਵਟਸਐਪ ਰਾਈਟ ਸਾਈਨਸ ਦਾ ਮਤਲਬ ਹੈ ਕਿ ਤੁਹਾਡਾ ਮੈਸੇਜ ਸਰਕਾਰ ਨੇ ਵੀ ਪੜ੍ਹ ਲਿਆ ਹੈ ਤੇ ਹੁਣ ਤੁਹਾਡੇ ਵਟਸਐਪ ਤੇ ਸਰਕਾਰ ਵੀ ਨਜ਼ਰ ਰੱਖੇਗੀ। ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਤੁਹਾਡੇ ਮੈਸੇਜ ਉੱਪਰ ਤੁਹਾਨੂੰ 2 ਨੀਲੇ ਰਾਈਟ ਸਾਈਨ ਦੇ ਨਾਲ 1 ਲਾਲ ਰਾਈਟ ਸਾਈਨ ਦਿਖਾਈ ਦੇਵੇ ਤਾਂ ਇਸਦਾ ਮਤਲਬ ਹੈ ਕਿ ਤੁਹਾਡਾ ਮੈਸੇਜ ਸਹੀ ਨਹੀਂ ਹੈ। ਇਸ ਲਈ ਤੁਹਾਡੇ ਕੋਲ ਪੁਲਿਸ ਆ ਕੇ ਹੁਣ ਤੁਹਾਨੂੰ ਗ੍ਰਿਫਤਾਰ ਕਰ ਲਵੇਗੀ, ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਬਿਲਕੁਲ ਸੱਚਾਈ ਨਹੀਂ ਹੈ। ਇਹ ਇੱਕ ਝੂਠਾ ਮੈਸੇਜ ਹੈ, ਇਸ ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਨਾ ਹੀ ਇਸ ਮੈਸੇਜ ਨੂੰ ਅੱਗੇ ਭੇਜਿਆ ਜਾਵੇ। ਵਟਸਐਪ ਨੇ ਅਸਲ ਵਿੱਚ ਜੋ ਬਦਲਾਅ ਕੀਤਾ ਹੈ ਕਿ ਹੁਣ ਅਸੀਂ ਵਟਸਐਪ ਉੱਪਰ 5 ਤੋਂ ਜ਼ਿਆਦਾ ਲੋਕਾਂ ਨੂੰ ਇੱਕੋ ਮੈਸੇਜ ਫਾਰਵਰਡ ਨਹੀਂ ਕਰ ਸਕਦੇ। ਅੱਜ ਵਟਸਐਪ ਦੇ 20 ਕਰੋੜ ਤੋਂ ਵੀ ਜ਼ਿਆਦਾ ਯੂਜ਼ਰਸ ਐਕਟਿਵ ਹਨ। ਉਹਨਾਂ ਨੂੰ ਸਾਡੀ ਟੀਮ ਵੱਲੋਂ ਇਹੀ ਅਪੀਲ ਹੈ ਕਿ ਕਿਸੇ ਵੀ ਮੈਸੇਜ ਨੂੰ ਦੇਖ ਪਰਖ ਕੇ ਹੀ ਅੱਗੇ ਭੇਜਿਆ ਜਾਵੇ। ਇਸ ਦੇ ਨਾਲ ਤੁਸੀਂ ਵੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਸਭ ਤੋਂ ਜ਼ਿਆਦਾ ਕਿਹੜੀ ਸੋਸ਼ਲ ਮੀਡੀਆ ਐਪਲੀਕੇਸ਼ਨ ਚਲਾਉਂਦੇ ਹੋ। ਇਸ ਵੀਡੀਓ ਵਿੱਚ ਇੰਨਾ ਹੀ। ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਣੀ ਮੋਬਾਈਲ ਸਕਰੀਨ 'ਤੇ ਪਾਉਣ ਲਈ ਬੈੱਲ ਆਈਕਨ ਨੂੰ ਜ਼ਰੂਰ ਦਬਾਓ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।